ਛੇ ਕਿੰਨੇ ਹੋ ਗਏ ਬਾਈ? 16 ਤੋਂ ਛੇ ਕਿੰਨੇ ਹੋ ਗਏ? 16 ਛੇ ਗਏ ਆਹੋ ਬਾਈ, 16 ਤੋਂ ਛੇ ਗਏ ਕਿੰਨੇ? ਆ ਦੇਖ ਲੈ, ਆ ਦੇਖ ਲੈ ਇਹਨਾਂ ਨੂੰ ਮੈਥ। ਸਤਿਕਾਰ, ਗੁੱਡ ਮਾਰਨਿੰਗ, ਕੀ ਹਾਲ ਚਾਲ? ਸਭ ਠੀਕ? ਅੱਜ ਪਹਿਲਾ ਦਿਨ ਪੰਜਾਬ ਤੋਂ ਆ ਕੇ ਕੰਮ ਦਾ, ਅਤੇ ਠੰਡ ਤਾਂ ਹੋਈ ਪਈ ਇੱਥੇ, ਹੈ ਸਮਾਂ ਪਈ ਗਈ ਇਹਦੇ ਵੀ, ਅਤੇ ਆਪਣਾ GRS ਰੈਡੀ ਹੈ ਪਹਿਲੇ ਦਿਨ ਦੇ ਲਈ ਕੰਮ ਦੇ। ਅਤੇ ਅੱਜ ਫਿਰ ਤੁਹਾਨੂੰ ਅੱਜ ਸੈਰ ਕਰਾਉਂਦੇ, ਅੱਜ ਆਪਾਂ ਕਿੱਥੇ ਕਿੱਥੇ ਜਾਣਾ ਕੰਮ ਦੇ, ਅਤੇ ਇੱਕ ਦੋ ਕੰਮ ਵੀ ਇਹਨੇ ਨਾਲ ਮਿਲਣਾ ਜੇ ਤੁਹਾਨੂੰ ਦਿਖਾਉਂਦੇ ਅੱਜ ਸਾਰੇ ਦਿਨ ਦਾ ਪ੍ਰੋਸੈਸ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਜਾਣਾ ਹੈ ਉੱਥੇ, ਕੋਈ ਬੰਦਾ ਚੱਕਣਾ ਹੈ, ਉਸ ਤੋਂ ਬਾਅਦ ਸਿੱਧਾ ਗੁਰੂ ਘਰ ਗੁਰਦੁਆਰੇ ਮੱਥਾ ਟੇਕ ਕੇ, ਅਤੇ ਫਿਰ ਸਿੱਧਾ ਹੀ ਆਪਾਂ ਗੱਡੀ ਪਾਉਣੀ ਹੈ ਹਾਈਵੇ 'ਤੇ। ਅਤੇ ਆ ਜਾਓ ਫਿਰ, ਤੁਹਾਨੂੰ ਦਿਖਾਉਂਦੇ ਅੱਜ। ਘਰ ਦੇਵੀ ਸੇਵਾ ਗੁਰਦੁਆਰੇ ਦੇ ਬਾਬੇ ਨਾਂ ਦੇ, ਗੁਰਬਾਣੀ ਤੇ ਕਰਦਾ ਥਾਂ ਥਾਂ ਤੇ ਗਵਾਹੀ ਭਰਦੀ ਹੈ ਕਿ ਅਨੰਤ ਕਾਲ ਤੋਂ ਇਸ ਸਮੇਂ ਤੋਂ ਚੱਲਦਾ ਆ ਰਿਹਾ ਸਭ ਕੁਛ। ਕਦੇ ਵਿਚਾਰ ਕੀਤੀ? ਚਲੋ ਜੇ ਕਹੀਏ ਵੀ ਕੋਈ ਜਨਮ, ਮੈਨੂੰ ਕੋਈ ਪਤਾ ਨਹੀਂ ਕਿ ਮਾਮੇ ਨੂੰ ਕੋਈ ਸਤਿ ਸ਼੍ਰੀ ਅਕਾਲ ਬੁਲਾਉਣੀ ਹੈ ਜਾਂ ਨਹੀਂ ਬੁਲਾਉਣੀ ਹੈਗੀ। ਬਸ ਖੋਲੀ ਬਰਾ ਭਾਜੀ, ਵਧੀਆ ਕੰਮ ਤੇ ਰਵੀ ਸਾਡਾ ਲੱਗਾ ਹੈ। ਰਵੀ ਸਫਾਈ ਨਾਲ ਨਾਲ ਹੀ ਕਰੀ ਜਾ ਕਰਨੀ ਅੱਛਾ, ਹੁਣ ਕੰਮ ਸਾਰਾ ਨਿਬੜ ਗਿਆ ਹੈ। ਸਾਰੀ ਸਟੱਕੋ ਮਾਰਨੀ, ਭਰਾ ਨੇ ਕਾਫੀ ਕੰਮ ਡੰਡ ਕਰਵਾ ਛੱਡੇ ਆ, ਸਾਰੀ ਸਟੱਕੋ ਮਾਰੀ ਹੈ, ਪੌਦੇ ਲੱਗੇ ਸਾਰੀ ਸਿੱਲਾਂ ਵਿੱਚ ਚੇਂਜ ਕੀਤੀਆਂ ਨੇ। ਹੁਣ ਇਹਨਾਂ ਦੇ ਦੋ ਅੱਜ ਹੀ ਦਿਹਾੜੇ ਦਾ ਕੰਮ ਰਹਿ ਗਿਆ, ਅਤੇ ਅੱਜ ਆਪ ਆਪਣੀ ਡੰਨ ਹੋ ਜਾਣੀ ਹੈ। ਕੰਮ ਸੋਹਣਾ ਕਰਾ ਛੱਡਿਆ ਪ੍ਰਧਾਨ ਨੇ, ਅਸੀਂ ਨਹੀਂ ਕਹਿੰਦੇ ਭਰਾ ਜੇ ਨੇ ਸੱਜੀ ਖੱਬੀ ਬਾਂਹ ਹੁੰਦੇ ਨੇ, ਕੋਲ ਹੋਵੇ ਨਾ ਹੋਵੇ ਉਹ ਕੰਮ ਕਲੀਅਰ ਕਰਾ ਛੱਡੇ, ਜਿਹੜੇ ਬੰਦੇ ਨੇ ਪਿੱਛੇ ਛੱਡੇ ਹੁੰਦੇ ਆਹ ਸਾਰਾ ਕੀਤਾ। ਕੰਧ ਸਟੱਕੋ ਮਾਰ ਕੇ ਅਤੇ ਪੇਂਟ ਮਾਰਿਆ ਸਾਰੀ ਨੂੰ, ਉੱਧਰੋਂ ਆਹ ਟਾਪ ਟਾਪ ਦੀ ਫਲੋਰ ਜਿਹੜੀ ਛੇਵੀਂ ਫਲੋਰ ਸਾਰੀ ਪੁਆਇੰਟਿੰਗ ਕੀਤੀ, ਗਰੰਡਰ ਪੁਆਇੰਟਿੰਗ। ਅਤੇ ਹੁਣ ਮੈਂ ਚੱਲਾਂ ਵਾ ਚਾਹ ਲੈਣ ਵਾਸਤੇ, ਕੌਫੀ ਪੀਣੀ ਪਹਿਲਾਂ ਚਾਹ ਅਤੇ ਮੈਂ ਸ਼ਾਮਾਂ ਨੂੰ ਮੈਂ ਚੱਲਾਂ ਕੌਫੀ ਲੈਣ। ਆਫਟਰ ਲੋਂਗ ਟਾਈਮ, 2 ਮਹੀਨੇ ਬਾਅਦ ਕੌਫੀ ਪੀਣ ਲੱਗਾ। ਮੇਰਾ ਆਪਣਾ ਖੜ੍ਹਿਆ GRS, ਠੀਕ ਹੈ। ਅਤੇ ਆਹ ਸਾਰੀ ਜਾਬ ਜੀ ਆਪਾਂ ਪੁਆਇੰਟਿੰਗ ਕੀਤੀ ਹੈ, ਵਿੱਚ ਲੈਂਡਰ ਚੇਂਜ ਕੀਤੇ ਨੇ, ਦੇਖਦੇ ਪਿਓ ਬਿਲਡਿੰਗ ਸੋਹਣੀ ਬਣਾ ਛੱਡੀ ਹੈ। ਪਹਿਲਾਂ ਪੈਸਕਾ ਲੱਗੇ ਪਤਾ ਨਹੀਂ ਲੱਗਦਾ ਸੀ ਕੰਮ ਕੀ ਹੋਇਆ ਕੀ ਨਹੀਂ ਹੋਇਆ, ਪਰ ਹੋਣ ਲੱਗਦਾ ਪਿਆ ਹਾਂ ਵੀ ਜਾਬ ਡਨ ਕੀਤੀ ਹੈ। ਪੁਰਾਣੀ ਫੋਟੋ ਮੇਰੇ ਕੋਲ ਪਈਆਂ, ਤੁਹਾਨੂੰ ਦਿਖਾਵਾਂਗਾ, ਪਾਵਾਂਗਾ ਵੀ ਇਕੱਠੀ, ਅਤੇ ਫਿਰ ਤੁਹਾਨੂੰ ਬਿਫੋਰ ਐਂਡ ਆਫਟਰ ਦੀ ਦਿਖਾਵਾਂ ਕੰਮ ਕਿੱਦਾਂ ਦਾ ਹੋਇਆ। ਅਤੇ ਆ ਜਾਓ ਹੁਣ ਆਪਾਂ ਚੱਲੇ ਹਾਂ ਕੌਫੀ ਲੈਣ, ਟ੍ਰੈਵਲਰ ਕੌਫੀ ਆਪਾਂ ਲਈਏ ਲੈ। ਅਤੇ ਹੁਣ ਪਹਿਲਾਂ ਕੌਫੀ ਪੀਣੀ ਹੈ, ਉਸ ਤੋਂ ਬਾਅਦ ਪੰਜਾਬ ਦੀ ਬੇਨਤੀ ਕਰਨੀ ਹੈ, ਅਤੇ 2 ਅਪੁਆਇੰਟਮੈਂਟਾਂ ਨੇ 11 ਵਜੇ 12 ਵਜੇ ਦੀ। ਬਸ ਅੱਧੀ ਦਿਹਾੜੀ ਤਾਂ ਨਿਕਲਣੀ ਹੈ, ਅਤੇ ਤੁਹਾਨੂੰ ਨਾਲ ਨਾਲ ਦੱਸੀ ਜਾਂਦਾ ਆਪਾਂ ਕਿੱਥੇ ਜਾਣੇ ਹਾਂ। ਲੇਕਿਨ ਸਭ ਤੋਂ ਪਹਿਲਾਂ ਸਟਾਫ ਜਿਹੜਾ ਨਾ ਕੰਮ 'ਤੇ ਆ ਗਏ, ਆਪਣਾ ਕੌਫੀ ਦਾ ਹੀ ਹੁੰਦਾ ਹੈ,
ਹੁਣ ਤੱਕ ਦਿਮਾਗ ਨਹੀਂ ਚੱਲਦਾ ਹੈਗਾ ਜਿੰਨੀ ਤੱਕ ਕੋਫੀ ਦਾ ਘੁੱਟ ਨਾ ਲਾਇਆ ਸਿੱਟਣਾ ਭਰੀ ਹੋਏ ਉਹ ਜਿਹੜੀ ਪੰਜਾਬ ਹੈ ਅਤੇ ਤੁਹਾਨੂੰ ਸਾਰਾ ਦਿਖਾਵਾਂਗੇ ਕੰਮ ਕੀ ਕੀਤਾ ਆਪਾਂ ਇੱਥੇ ਓਕੇ ਲਾਸ਼ਦੇ ਆ ਹੈਗਾ ਸਾਡਾ ਭਾਂਜਾ ਹੈ ਲੇਕਿਨ ਪਤਾ ਲੱਗ ਗਿਆ ਭਾਂਜੀ ਇੱਦਾਂ ਹੀ ਹੁੰਦੇ ਸੀ ਕਿਲੋ ਲਾਇਆ ਉਹਨੇ ਸਾਰੀ ਵਿੰਡੋ ਕਿੰਨੀਆਂ ਨੇ ਦੋ ਵਾਰੀ ਖਿੱਚਣੀਆਂ ਨੇ ਜਦੋਂ ਨੰਬਰ ਇੱਕ ਓਵਰ ਗਿਆ ਕੇ ਨਾ ਦੋ ਵਾਰੀ ਅਤੇ ਫਿਰ ਬੰਦ ਕਰਨੀਆਂ ਨੇ ਅੱਜ ਪਤਾ ਲੱਗ ਜਾਣਾ ਤੈਨੂੰ ਮੈਥ ਕਿੰਨਾ ਕਹਿੰਦਾ ਠੀਕ ਹੈ ਛੇ ਗੇ ਹੈ ਜਿਹਨੇ ਜਿਹਨੂੰ ਪਤਾ ਲੱਗਦਾ ਕਿੰਨੀ ਹੁਣ ਗਿਣਤੀ ਮਾਰਨ ਦਿਆਂ ਸਾਰੀ ਮਿੰਟਾਂ ਦੀ ਕਿੰਨੀ ਹੈ ਨਹੀਂ ਅਜੇ ਫਰਕ ਕੇ ਕਿੰਨੇ ਹੋ ਗਏ ਸੋਲਾਂ ਤੋਂ ਛੇ ਗਏ ਕਿੰਨੇ ਹੋ ਗਏ ਸੋਲਾਂ ਛੇ ਗਏ ਆਹੋ ਬਾਈ ਸੋਲਾਂ ਤੋਂ ਛੇ ਗਏ ਕਿੰਨੇ ਆਹ ਦੇਖ ਲੈ ਆਹ ਦੇਖ ਲੈ ਇਹਨਾਂ ਨੂੰ ਮੈਥ ਪਹਿਲਾਂ ਲੰਬੀਆਂ ਗੇਲਾਂ ਨਹੀਂ ਆਇਆ ਦੀ ਕਿੰਨੀਆਂ ਨੇ ਇੱਕ ਫੂਲ ਜੇਬੀ ਨੇ ਪਾਲਾ ਮੈਨੂੰ ਕੁੱਟ ਪੈ ਰਹੀ ਮੈਂ ਮੇਰਾ ਦਿਮਾਗ ਖਰਾਬ ਕਰਨੇ ਤੂੰ ਫੂਲ ਜੇਬੀ ਨੇ ਪਾਲਾ ਇੱਕ ਦੋ ਤਿੰਨ ਚਾਰ ਕੋਈ ਚਾਰ ਨਹੀਂ ਬੁਲਾਉਣੀ ਮੈਂ ਚਾਰ ਉੱਪਰ ਦੀ ਕਿੰਨੀਆਂ ਨੇ ਗਿਣ ਉੱਪਰ ਇੱਕ ਦੋ ਤਿੰਨ ਚਾਰ ਨਾ ਉੱਪਰ ਦੀ ਕਿੰਨੀਆਂ ਨਹੀਂ ਨਹੀਂ ਇੱਦਾਂ ਨਹੀਂ ਚੌਵੀ 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 ਹੋ ਗਈਆਂ ਨਾ ਚੌਵੀ ਚੌਵੀ ਆ ਵੀ ਗਿਣੇ ਇੱਕ ਵਾਰੀ ਦੁਬਾਰਾ ਕਹਿੰਦੇ ਆਪਾਂ ਅੰਗਰੇਜ਼ੀ ਸਕੂਲ ਪੜ੍ਹੇ ਹਾਂ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਨੱਤੀ ਤੀਹ ਇਕੱਤੀ ਬੱਤੀ ਤੇਤੀ ਚੌਂਤੀ ਪੈਂਤੀ ਛੱਤੀ ਸੈਂਤੀ ਫਿਰ ਤੂੰ ਗਲਤ ਕਰਤੀਆਂ ਨੇ ਕਿੱਦਾਂ ਚੌਵੀ ਹੋ ਗਿਆ ਕਿ ਮੈਂ ਚੁੱਪ ਕਰ ਜਾ ਚੌਵੀ ਚੱਲ ਇੱਕ ਤੂੰ ਗਿਣ ਸਾਰੀਆਂ ਚੱਲ ਗਿਣ ਅੱਛਾ ਗਿਣ ਚੌਵੀ ਆ ਹੋ ਗਈਆਂ ਨਾ ਅੱਗੋਂ ਗਿਣ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਨੱਤੀ ਤੀਹ ਇਕੱਤੀ ਬੱਤੀ ਤੇਤੀ ਚੌਂਤੀ ਪੈਂਤੀ ਛੱਤੀ ਸੈਂਤੀ ਇਕੱਤੀ ਪੰਤਾਲੀ ਪੱਚੀ ਛੱਬੀ ਸਤਾਈ ਅਠਾਈ ਉਨੱਤੀ ਤੀਹ ਇਕੱਤੀ ਬੱਤੀ ਤੇਤੀ ਚੌਂਤੀ ਪੈਂਤੀ ਛੱਤੀ ਸੈਂਤੀ ਅਠੱਤੀ ਉਨਤਾਲੀ ਚਾਲੀ ਇਕਤਾਲੀ ਬਤਾਲੀ ਤਰਤਾਲੀ ਚੁਤਾਲੀ ਪੰਤਾਲੀ ਛਿਆਲੀ ਹੋ ਗਈਆਂ ਨੇ ਤੂੰ ਕਿੰਨੀਆਂ ਬਣਾਈਆਂ ਮੈਂ ਉੱਪਰ ਉੱਪਰ ਬਣਾਈ ਤੇ ਪੈਸੇ ਛਿਆਲੀ ਹੋ ਗਈਆਂ ਚਲ ਆ ਜਾ ਛਿਆਲੀ ਹੋ ਗਈਆਂ ਆਪਾਂ ਇੱਕ ਬੰਦੇ ਨੂੰ ਮਿਲਣਾ ਸੀ ਮੈਂ ਹੁਣ ਅਸੀਂ ਹੁਣ ਬਰੋਂਸ ਸਿੱਧਾ ਜਾਣਾ ਮਨਾਟਾਂ ਦਾ ਟ੍ਰੈਫਿਕ ਖਤਮ ਹੋ ਜਾਂਦੀ ਟ੍ਰੈਫਿਕ ਹੁੰਦੀ ਸਵੇਰੇ ਨੌ ਵਜੇ ਤੱਕ ਅਤੇ ਜਾਂ ਰਸਤਾ ਜਾਂਦਾ ਨਿਊ ਜਰਸੀ ਨੂੰ ਅਤੇ ਆਹ ਰੋਡ ਜ਼ਿਆਦਾ ਟਰੱਕ ਕਰਦਾ ਅਤੇ ਇੱਥੇ ਧੱਕੇ ਨਾਲ ਟ੍ਰੈਫਿਕ ਲੱਗ ਜਾਂਦੀ ਇੱਥੇ ਬਾਅਦ ਤੋਂ ਸ਼ੁਰੂ ਹੋ ਜਾਂਦੀ ਮੱਠੀ ਮੁੱਠੀ ਟ੍ਰੈਫਿਕ ਅਤੇ ਮੈਂ ਕਿ ਰੋਜ਼ ਤੁਰਨਾ ਨਾ ਕੰਮ ਵੇਖਣ ਵਾਸਤੇ ਪੰਦਰਾਂ ਵੀਹ ਮਿੰਟ ਤੱਕ ਪਹਿਲਾਂ ਨਿਕਲਣਾ ਹੁੰਦਾ ਪਤਾ ਕਿ ਟ੍ਰੈਫਿਕ ਲੱਗ ਜਾਂਦੀ ਹੈ ਟਾਈਮ ਦੀ ਅਡਵਾਂਸ ਥੋੜ੍ਹਾ ਜਿਹਾ ਚੱਲੀ ਦਾ ਹੈ ਤੰਗ ਪਰੇਸ਼ਾਨ ਨਾ ਹੀ ਰਸਤੇ ਬਾਹਰ ਵੀ ਖਰਾਬ ਹੋਈ ਹੈ ਜਾ ਕੇ ਦੁਬਾਰਾ ਕਨੈਕਟ ਹੋਣਾ ਤੁਹਾਡੇ ਨਾਲ ਓਕੇ